ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜਾਓ ਦੇ ਵਿੱਚ। ਤੁਸੀਂ ਦੇਖ ਰਹੇ ਹੋ ਐਮ ਐਸ ਡਬਲਯੂ ਸਟੱਡੀ ਫੋਰ ਜਾਓ। ਅੱਜ ਇੱਕ ਗੁੱਡ ਨਿਊਜ਼ ਲੈ ਕੇ ਆਏ। ਦੇਖ ਸਕਦੇ ਤੁਸੀਂ, ਜੇਕਰ ਤੁਸੀਂ 10ਵੀਂ ਪਾਸ ਹੋ ਤਾਂ ਤੁਹਾਡੇ ਲਈ ਇੱਕ ਲੱਖ ਤੋਂ ਜਿਹੜੀ ਪਲੱਸ ਜਿਹੜੀ ਵੈਕੈਂਸੀ ਨਿਕਲ ਕੇ ਸਾਹਮਣੇ ਆ ਚੁੱਕੀ ਹੈ, ਤਾਂ ਤੁਸੀਂ ਇਸ ਪੋਸਟ ਨੂੰ ਕਿਵੇਂ ਅਪਲਾਈ ਕਰਨਾ, ਲਾਸਟ ਡੇਟ ਕੀ ਹੈ, ਕਦ ਤੋਂ ਹੀ ਜਿਹੜੇ ਔਨਲਾਈਨ ਰਜਿਸਟ੍ਰੇਸ਼ਨ ਸਟਾਰਟ ਹੋ ਚੁੱਕੀ ਹੈ, ਉਸਦੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਜ਼ਰੂਰ ਮਿਲ ਜਾਏਗੀ। ਠੀਕ ਹੈ, ਜੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨੈਕਸਟ ਟਾਈਮ, ਚਾਹੇ ਪੰਜਾਬ ਜੋਬ ਹੋਵੇ ਚਾਹੇ ਆਲ ਇੰਡੀਆ ਜੋਬ ਹੋਵੇ, ਮਿਲਦੇ ਹੀ ਰਹਿਣਗੇ। ਠੀਕ ਹੈ ਜੀ, ਜੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਉਹ ਚੈਨਲ ਦੇ ਡਿਸਕ੍ਰਿਪਸ਼ਨ ਜੋਬ ਦੇ ਵਿੱਚ ਜਾ ਕੇ ਜਿਹੜਾ ਪੀ ਐਸ ਟੈਟ ਦੀ ਤਿਆਰੀ ਲਈ ਸੋਸ਼ਲ ਸਾਇੰਸ, ਈ ਵੀ ਐਸ, ਮਨੋਵਿਗਿਆਨ ਅਤੇ ਪੰਜਾਬੀ ਗ੍ਰਾਮਰ ਨਾਲ ਸਾਰੇ ਸੰਬੰਧਿਤ ਵੀਡੀਓ ਦੇਖ ਸਕਦੇ ਆ। ਹਾਂਜੀ, ਗੱਲ ਕਰ ਲੈਂਦੇ ਹਾਂ ਅੱਜ ਦੀ ਜਿਹੜੀ ਵੈਕੈਂਸੀ 1 ਲੱਖ ਤੋਂ ਜਿਹੜੀ ਜ਼ਿਆਦਾ ਵੈਕੈਂਸੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਇਸ ਦੇ ਵਿੱਚ ਟੋਟਲ ਜਿਹੜੀ ਵੈਕੈਂਸੀ ਕੈਟਾਗਰੀ ਵਾਈਜ਼ ਦੇਖਦੇ ਆ, ਅਨਰਿਜ਼ਰਵ ਕੈਟਾਗਰੀ ਦੇ ਲਈ ਜਿਹੜੀ ਵੈਕੈਂਸੀ ਹੈਗੀ ਹੈ ਦੇਖ ਸਕਦੇ ਹੋ ਤੁਸੀਂ, 42,355 ਵੈਕੈਂਸੀ ਹੈ। ਉਸ ਤੋਂ ਐਸ ਸੀ ਲਈ ਵੈਕੈਂਸੀ ਹੈਗੀ ਹੈ 15,569 ਵੈਕੈਂਸੀ ਹੈ। ਐਸ ਟੀ ਲਈ ਹੈ 7,984, ਓ ਬੀ ਸੀ ਲਈ ਹੈ 27,378, ਈ ਡਬਲਯੂ ਐਸ ਕੈਂਡੀਡੇਟ ਲਈ ਹੈਗੀ ਹੈ 10,381। ਜੇਕਰ ਪ੍ਰੋਪਰ ਗੱਲ ਕਰੀਏ ਤਾਂ ਜਿਹੜੀ ਟੋਟਲ ਵੈਕੈਂਸੀ ਹੈਗੀ ਹੈ 1,03,769। ਠੀਕ ਹੈ ਜੀ, ਬੜੀ ਹੀ ਵੱਡੀ ਗਿਣਤੀ ਵਿੱਚ ਵੈਕੈਂਸੀ ਆਉਟ ਚੁੱਕੀ ਹੈ। ਔਨਲਾਈਨ ਰਜਿਸਟ੍ਰੇਸ਼ਨ ਕਦੋਂ ਸਟਾਰਟ ਹੋਈ ਹੈ ਉਸ ਬਾਰੇ ਗੱਲ ਕਰ ਲਈਏ, ਦੇਖ ਸਕਦੇ ਤੁਸੀਂ ਜਿਹੜੀ ਔਨਲਾਈਨ ਅਪਲਾਈ ਹੋ ਚੁੱਕਿਆ 12/3/2019 ਤੋਂ, ਜਿਹੜਾ ਤੁਸੀਂ 12 ਮਾਰਚ ਤੋਂ ਇਸ ਨੂੰ ਅਪਲਾਈ ਸਟਾਰਟ ਕਰ ਦਿੱਤਾ ਗਿਆ, ਤੁਸੀਂ ਅਪਲਾਈ ਕਰ ਸਕਦੇ ਹੋ। ਲਾਸਟ ਡੇਟ ਕੀ ਰਹੇਗੀ, 12/4/2019 ਰਹੇਗੀ, 12 ਜਿਹੜੀ ਅਪ੍ਰੈਲ ਜਿਹੜੀ ਲਾਸਟ ਡੇਟ ਰਹੇਗੀ। ਤੁਹਾਡੇ ਕੋਲ ਕਾਫੀ ਸਮਾਂ ਹੈਗਾ, ਜਲਦ ਤੋਂ ਜਲਦ ਇਸ ਨੂੰ ਅਪਲਾਈ ਕਰ ਦਿਓ। ਠੀਕ ਹੈ ਜੀ, ਜਿਹੜੇ ਇਸ ਦੇ ਵਿੱਚ ਫੀਸ ਕਿਵੇਂ ਭਰੀ ਜਾਏਗੀ ਉਹ ਔਨਲਾਈਨ ਵੀ ਹੋਏਗੀ, ਐਸ ਬੀ ਚਲਾਨ ਵੀ ਹੋਏਗਾ, ਪੋਸਟ ਆਫਿਸ ਚਲਾਨ ਵੀ ਹੋਏਗਾ। ਠੀਕ ਹੈ, ਡੇਟ ਹਰ ਕੈਟਾਗਰੀ ਵਾਈਜ਼ ਦਿੱਤੀ ਗਈ ਹੈ। ਉਸ ਤੋਂ ਕੰਪਿਊਟਰ ਬੇਸਡ ਇਹਦੇ ਵਿੱਚ ਸੀ ਬੀ ਟੀ ਟੈਸਟ ਹੋਏਗਾ। ਠੀਕ ਹੈ, ਉਸਦਾ ਜਿਹੜਾ ਟੈਸਟ ਦੀ ਡੇਟ ਹੈ ਉਹ ਸੈਪਟੰਬਰ ਅਕਤੂਬਰ ਦੇ ਵਿੱਚ ਸੰਭਵ ਹੋਵੇਗੀ। ਠੀਕ ਹੈ ਜੀ, ਜੇ ਗੱਲ ਕਰੀਏ ਅੱਗੇ ਨੈਕਸਟ, ਇਹਦੇ ਵਿੱਚ ਫੀਸ ਕੀ ਹੋਏਗੀ, ਇਸ ਦੀ ਜਿਹੜੀ ਫੀਸ ਹੋਏਗੀ ਜਨਰਲ ਓ ਬੀ ਸੀ ਲਈ ਜਿਹੜੀ ਹੋਏਗੀ 500 ਹੋਏਗੀ। ਉਸ ਤੋਂ ਬਾਅਦ ਜਿਹੜੀ ਦੂਸਰੇ ਔਦਰ ਕੈਟਾਗਰੀ ਸੀ ਹੈ ਐਸ ਸੀ ਐਸ ਟੀ, ਉਸਨਾਂ ਲਈ ਜਿਹੜੀ 250 ਹੋਵੇਗੀ। ਠੀਕ ਹੈ, ਫੀਸ ਸਾਰੀ ਹੀ ਰਿਫੰਡੇਬਲ ਹੋਵੇਗੀ, ਸੀ ਬੀ ਟੀ ਬੰਦ ਹੋਣ ਤੋਂ ਬਾਅਦ ਜਿਹੜੀ ਤੁਹਾਡੀ ਫੀਸ ਇਹ ਵਾਪਸ ਕਰ ਦਿੱਤੀ ਜਾਏਗੀ। ਠੀਕ ਹੈ ਜੀ, ਅੱਗੇ ਗੱਲ ਕਰ ਲਈਏ, ਦੇਖ ਸਕਦੇ ਤੁਸੀਂ ਜਿਹੜੀ ਮੇਨ ਗੱਲ ਹੈਗੀ ਹੈ ਰਿਜ਼ਰਵੇਸ਼ਨ ਇਹਦੇ ਵਿੱਚ ਦੱਸੀ ਗਈ ਹੈ ਕੈਟਾਗਰੀ ਵਾਈਜ਼। ਐਸ ਸੀ ਐਸ ਟੀ ਓ ਬੀ ਸੀ ਲਈ ਜਿਹੜੀ 56,504 ਵੈਕੈਂਸੀ ਜਿਹੜੀ ਰਿਜ਼ਰਵ ਰੱਖੀ ਗਈ ਹੈ। ਠੀਕ ਹੈ ਜੀ, ਦੇਖ ਸਕਦੇ ਹੋ ਤੁਸੀਂ ਵੈਕੈਂਸੀ ਦੀ ਕੈਟਾਗਰੀ ਕੀ ਹੈ, ਅਸਿਸਟੈਂਟ ਪੋਸਟ ਅਪੁਆਇੰਟਮੈਂਟ ਦੀ ਜਿਹੜੀ ਵੈਕੈਂਸੀ ਹੈਗੀ ਹੈ 14,870 ਵੈਕੈਂਸੀ ਹੈ ਰਿਜ਼ਰਵ ਕੈਟਾਗਰੀ ਦੇ ਵਿੱਚ ਰੱਖੀ ਗਈ ਹੈ। ਉਸ ਅਸਿਸਟੈਂਟ ਬ੍ਰਿਟਿਸ਼ ਦੀ ਵੈਕੈਂਸੀ ਹੈ। ਠੀਕ ਹੈ, ਤਾਂ ਇਸ ਦੇ ਵਿੱਚ ਕਿ 913 ਵੈਕੈਂਸੀ ਹੈ, ਉਸ ਤੋਂ ਬ੍ਰਿਜ ਦੇ ਵਿੱਚ ਆ ਗਈ 913। ਉਸ ਤੋਂ ਜਿਹੜੇ ਟਰੈਕ ਟਰੈਕ ਮੇਨ ਟ੍ਰੇਨਰ ਗ੍ਰੇਡ ਫੋਰਥ ਦੀ ਵੈਕੈਂਸੀ ਹੈਗੀ ਹੈ 40,721। ਠੀਕ ਹੈ ਜੀ, ਇਹ ਰਿਜ਼ਰਵ ਕੈਟਾਗਰੀ ਦੇ ਵਿੱਚ ਵੈਕੈਂਸੀ ਇੰਨੀ ਰੱਖੀ ਗਈ ਹੈ, ਇਸ ਨੂੰ ਵੀ ਤੁਸੀਂ ਨੋਟ ਰੱਖਣਾ। ਜੇਕਰ ਤੁਸੀਂ ਰਿਜ਼ਰਵ ਕੈਟਾਗਰੀ 'ਚ ਹੋ ਤਾਂ ਇਸ ਨੂੰ ਜ਼ਰੂਰ ਅਪਲਾਈ ਕਰ ਦਿਓ। ਠੀਕ ਹੈ ਜੀ, ਉਸ ਤੋਂ ਬਾਅਦ ਗੱਲ ਕਰ ਲਈਏ ਏਜ ਦੀ, ਗੱਲ ਕਰ ਲਈਏ ਏਜ ਤੁਹਾਨੂੰ ਦੱਸੀ ਗਈ ਹੈ 18 ਤੋਂ 33 ਈਅਰ, ਇਸ ਦੇ ਵਿੱਚ ਏਜ ਤੁਹਾਡੀ ਹੋਣੀ ਚਾਹੀਦੀ ਹੈ। ਠੀਕ ਹੈ, ਏਜ ਰਿਲੈਕਸ਼ਨ ਵੀ ਦਿੱਤਾ ਹੈਗਾ, ਉਹ ਵੀ ਅੱਗੇ ਦੱਸਿਆ ਜਾਏਗਾ। ਉਸ ਤੋਂ ਹੋਰ ਗੱਲ ਕਰ ਲਈ, ਇਸ ਦੇ ਵਿੱਚ ਏਜ ਰਿਲੈਕਸ਼ਨ ਤੁਸੀਂ ਦੇਖ ਸਕਦੇ ਹੋ, ਸਾਰਾ ਹੀ ਦੱਸਿਆ ਗਿਆ। ਇਸ ਵੀਡੀਓ ਨੂੰ ਜਿਹੜਾ ਪੋਜ ਕਰਕੇ ਵੀ ਦੇਖ ਸਕਦੇ ਹੋ, ਜਾਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਆਰ ਆਰ ਸੀ ਵੈਬਸਾਈਟ 'ਤੇ ਜਾ ਕੇ ਜਿਹੜਾ ਇਸ ਲਿੰਕ 'ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਪੂਰਾ ਤੁਸੀਂ, ਇੱਕ ਗੱਲ ਨੋਟ ਕਰਨ ਵਾਲੀ ਕਿ ਜਿਹੜੀ ਇਸ ਪੋਸਟ ਨੂੰ ਤੁਸੀਂ ਅਪਲਾਈ ਕਰਨ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਨੂੰ ਪੂਰਾ ਧਿਆਨ ਨਾਲ ਪੜ੍ਹ ਕੇ ਹੀ ਅਪਲਾਈ ਕਰਨਾ। ਠੀਕ ਹੈ ਜੀ, ਅੱਗੇ ਗੱਲ ਕਰ ਲਈਏ ਫੀਸ ਬਾਰੇ, ਤੁਹਾਨੂੰ ਦੱਸ ਚੁੱਕੀ ਹਾਂ। ਠੀਕ ਹੈ ਜੀ, ਰਿਫੰਡੇਬਲ ਹੋ ਗਈ, ਸੇਮ ਹੀ ਹੋਏਗੀ, ਫੀਸ ਹੋਈ 500 ਅਤੇ 250। ਠੀਕ ਹੈ, ਉਸ ਤੋਂ ਬਾਅਦ ਜੇ ਗੱਲ ਕਰ ਲਈਏ, ਹਾਂਜੀ ਲਾਸਟ ਡੇਟ ਤੁਹਾਨੂੰ ਦੱਸ ਚੁੱਕੀ ਹਾਂ। ਠੀਕ ਹੈ ਜੀ, 12 ਅਪ੍ਰੈਲ ਜਿਹੜੀ ਲਾਸਟ ਡੇਟ ਰਹੀ। ਠੀਕ ਹੈ ਜੀ, ਸਾਡੀ ਇਨਫੋਰਮੇਸ਼ਨ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ, ਵਾਧੂ ਆਪਣੇ ਦੋਸਤਾਂ ਮਿੱਤਰ ਸ਼ੇਅਰ ਕਰੋ। ਜੇਕਰ ਤੁਸੀਂ ਅਪਲਾਈ ਕਰਨ ਦੇ ਸਮਰੱਥ ਨਹੀਂ ਹੋ ਤਾਂ ਦੂਸਰਿਆਂ ਨੂੰ ਅਪਲਾਈ ਕਰਨ ਦਾ ਜਿਹੜਾ ਮੌਕਾ ਹੈ ਦਿਓ, ਕਿਉਂਕਿ ਇਹ ਜਿਹਾ ਚਾਂਸ ਵਾਰ ਵਾਰ ਨਹੀਂ ਮਿਲਦਾ। ਠੀਕ ਹੈ ਜੀ, 1 ਲੱਖ ਤੋਂ ਜਿਹੜੀ ਵੱਡੀ ਵੈਕੈਂਸੀ ਤੁਹਾਨੂੰ ਦੇਖਣ ਨੂੰ ਮਿਲੇਗੀ, ਜਦ ਹੀ ਜਿਹੜਾ 5 ਸਾਲਾਂ ਬਾਅਦ ਕੋਈ ਗੌਰਮੈਂਟ ਚੇਂਜ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਵੈਕੈਂਸੀ ਆਉਂਦੀ ਹੈ। ਹਾਂਜੀ, ਰੇਲਵੇ ਦੇ ਵਿੱਚ ਕਾਫੀ ਟਾਈਮ ਬਾਅਦ ਜਿਹੜੀ ਇੰਨੀ ਵੱਡੀ ਗਿਣਤੀ ਵਿੱਚ ਵੈਕੈਂਸੀ ਆਈ ਹੈ, ਜ਼ਰੂਰ ਅਪਲਾਈ ਕਰੋ ਜੀ। ਵਧੀਆ ਲੱਗੀ ਵੀਡੀਓ ਜੀ, ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ। ਥੈਂਕ ਯੂ ਸੋ ਮੱਚ।